ਤਸਵੀਰਾਂ ਕਿਸੇ ਫਿਲਮ ਦੇ ਸੀਨ ਦੀਆਂ ਨਹੀਂ, ਸਮਰਾਲਾ ਦੇ ਅਧੀਨ ਪੈਂਦੇ ਪਿੰਡ ਬਹਿਲੌਲਪੁਰ ਦੀਆਂ ਨੇ, ਜਿੱਥੇ ਆਮ ਆਦਮੀ ਪਾਰਟੀ ਦਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਗੱਡੀ ਦੇ ਵਿੱਚ ਸਵਾਰ ਹੋ ਕੇ ਖੁਦ ਉਸ ਥਾਂ ਤੇ ਪਹੁੰਚਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਧਾਇਕ ਉੱਥੇ ਪਹੁੰਚਦਾ ਹੈ ਤਾਂ ਨਜਾਇਜ਼ ਮਾਈਨਿੰਗ ਕਰਨ ਵਾਲੇ ਆਪਣਾ ਟਰੱਕ ਅਤੇ ਮਸ਼ੀਨ ਛੱਡ ਕੇ ਉੱਥੋਂ ਭੱਜ ਜਾਂਦੇ ਨੇ। ਉੱਚੇ ਸਾਰ ਟੱਬਾ ਕਿੱਥੇ ਆ? टिप्पर खड़े ने इतने ने टिप्पर दोनों फिर यही खड़े होने कहा जा रहा है कि यह माइनिंग इतने काफी लंबे समय तो चल रही थी, जिसनु रोकने के लिए विधायक अज खुद इतने पहुंचे ने। घटना वाली थान से नाल पहुंची पुलिस ने ट्रक ते मशीन नु काबू कर लिया ते मामला दर्ज करके अपनी अगली कारवाई शुरू कर दी है। ये भजदे ने भज गए, फड़ो ना, हां ਬਚਾ ਨਿਕਲ ਗਏ ਹੋ? ਨਿਕਲ ਗਏ ਹਾਂ। ਚਲੋ 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 ਉੱਧਰ ਉੱਧਰ ਚਲੋ ਕਰਾਂਗੇ। ਹਰੇ ਤੇ ਟਿੱਪਾ ਚੱਲ ਰਿਹਾ ਸੀ, ਸ਼ਰੇਆਮ MLA ਸਾਹਿਬ ਨੇ ਰੇਡ ਮਾਰੀ ਆ ਮੌਕੇ 'ਤੇ ਅਤੇ ਉਹ ਇੱਥੋਂ ਛੱਡ ਕੇ ਭੱਜ ਗਏ ਨੇ, ਕੰਮ ਚੱਲਦਾ ਵਿੱਚੇ ਹੀ। ਗੱਡੀ ਸਟਾਰਟ ਆ, ਦੇਖੋ MLA ਸਾਹਿਬ ਨੇ ਮੌਕੇ ਇੱਥੇ ਰੇਡ ਮਾਰੀ ਆ, ਉੱਥੋਂ ਸ਼ਰੇਆਮ ਇੱਥੋਂ ਭੱਜ ਗਏ ਬੰਦੇ। देखो ये रेते टिप्पर शरेआम चल रहे हैं इत्थे, MLA साहब रेड मारी इत्थे ते वो इत्थों छड़ के भज गए। गड्डी देखो हाले स्टार्ट खड़ी आ। हाँ जी, तुहानूं दस दी कि पंजाब दे विच चल रहे मुद्दियां दे विचों सब तो वड्डा मुद्दा नजायज़ माइनिंग दा है। लगातार जदों पंजाब दे विच किसे दी भी सरकार बनदी है तां उह नजायज़ माइनिंग नूं रोकण दी कोशिश करदे ने, पर हुण इत्थे आम आदमी पार्टी नजायज़ माइनिंग दे सिकंजा कसण दे लई आप व्यापार है ते विधायक आप जा के रोकण दी कोशिश कर रहे ने। हुण देखणा इह होगा कि आउण वाले दिनां दे विच इह नजायज़ माइनिंग दे उत्ते किन्नी कठल पैंदी है। ब्यूरो रिपोर्ट, D5 चैनल पंजाबी। D5 चैनल पंजाबी ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ। ਹੋਵੇਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਜਲਦ ਆ ਰਿਹਾ ਹੈ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ।